ਕਾਨੂੰਨ ਦੱਸ ਜਲੀ ਕਿ ਸਿੱਖ ਸ਼ਸਤਰ ਵਿਦਿਆ ਗਤਕਾਂ ਨੂੰ ਜਿਹੜਾ ਹੈ ਪੈਟੈਂਟ ਕਰਾਉਣ ਦੀ ਜਿਹੜੀ ਗੱਲਬਾਤ ਹੈ ਉਹ ਸਾਹਮਣੇ ਆਈ ਹੈਗੀ ਆ ਟਰੇਡਮਾਰਕ ਕਾਨੂੰਨ ਭਾਰਤ ਦੇ ਵਿੱਚ ਹੈ ਜਿਸ ਦੇ ਵਿੱਚ ਤੁਸੀਂ ਕਿਸੇ ਚੀਜ਼ ਨੂੰ ਕਿਸੇ ਨਾਮ ਨੂੰ ਉਹਨੂੰ ਤੁਸੀਂ ਪੈਟੈਂਟ ਕਰਾ ਸਕਦੇ ਹੋ ਆਪਣੇ ਅਧੀਨ ਕਰ ਸਕਦੇ ਹੋ ਫਿਰ ਉਸ ਨਾਮ ਨੂੰ ਜਿਹੜਾ ਕੋਈ ਹੋਰ ਯੂਜ਼ ਨਹੀਂ ਕਰ ਸਕਦਾ ਤੇ ਇਹ ਗੱਲਬਾਤਾਂ ਸਾਹਮਣੇ ਆਈਆਂ ਕਿ ਕੋਈ ਕੰਪਨੀ ਜਿਹੜੀ ਹੈਗੀ ਆ ਉਹ ਇਸ ਨੂੰ ਪੈਟੈਂਟ ਕਰਾ ਰਹੀ ਆ ਕੀ ਕਹੋਗੇ ਅਵਤਾਰ ਸਿੰਘ ਜੀ ਹਾਂਜੀ ਇਹ ਬੜੀ ਦੁਖਦਾਈ ਖਬਰ ਆ ਉੱਦਾਂ ਤਾਂ ਇਸੇ ਕੰਪਨੀ ਨੂੰ ਇਹ ਜ਼ਰੂਰਤ ਨਹੀਂ ਕਰਨੀ ਚਾਹੀਦੀ ਇੱਕ ਸਿੱਖਾਂ ਦੀ ਇਤਿਹਾਸਕ ਵਿਰਾਸਤ ਆ ਜੀ ਤੇ ਇੱਕ ਖੇਡ ਵੀ ਹੈ ਜੇ ਆਪਾਂ ਕਹਿ ਲਈਏ ਹੁਣ ਕੋਈ ਫੁੱਟਬਾਲ ਨੂੰ ਪੇਟੈਂਟ ਕਰਾ ਲੂਗਾ ਯੂਰਪ ਚ ਹੂੰ ਹੂੰ ਨਹੀਂ ਜੇ ਕਹੇ ਵੀ ਮੈਂ ਕੋਈ ਕੰਪਨੀ ਕਾਲ ਨੂੰ ਉੱਠ ਕੇ ਖੜੀ ਹੋ ਜਾਵੀਂ ਮੈਂ ਮੈਂ ਪੇਟੈਂਟ ਕਰਾ ਲਈ ਫੁੱਟਬਾਲ ਵੀ ਤੂੰ ਵੀ ਨਾ ਫੁੱਟਬਾਲ ਪੇਟੈਂਟ ਕਰਾ ਲਈ ਇਹ ਹੌਕੀ ਜਾਂ ਮੈਂ ਕ੍ਰਿਕਟ ਪੇਟੈਂਟ ਕਰਾ ਲਈ ਹੈ ਨਾ ਜੀ 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 ਵੀ ਇਹ ਤਾਂ ਇਹ ਤਾਂ ਇੱਕ ਤਾਂ ਬੇਹੋਦਗੀ ਆ ਨਾ ਵੀ ਤੁਸੀਂ ਗੱਤਕੇ ਨੂੰ ਜਿਹੜੀ ਸਿੱਖਾਂ ਦੀ ਇੱਕ ਵਿਰਾਸਤੀ ਖੇਡ ਆ ਉਹਨੂੰ ਪੇਟੈਂਟ ਕਰਾ ਲਿਆ ਵਾਟ ਡਸ ਦੈਟ ਮੀਨ ਉਹਦਾ ਕੀ ਮਤਲਬ ਆ ਖੇਡ ਆ ਕੋਈ ਵੀ ਖੇਡ ਸਕਦਾ ਸਾਡੇ ਤਾਂ ਪਿੰਡਾਂ 'ਚ ਸ਼ਾਮ ਨੂੰ ਬੱਚੇ ਇਕੱਠੇ ਹੋ ਕੇ ਗੱਤਕਾ ਖੇਡਦੇ ਨੇ ਇਹਦਾ ਮਤਲਬ ਉਹ ਖੇਡਣਾ ਬੰਦ ਕਰ ਦੇਣਗੇ ਜਿਹੜੀ ਇੱਕ ਤਾਂ ਪੇਟੈਂਟ ਕਰਨ ਦੀ ਐਪਲੀਕੇਸ਼ਨ ਦੇਣ ਵਾਲੀ ਕੰਪਨੀ ਨੌ ਤੇ ਦੂਜਾ ਜੇ ਕਿਸੇ ਅਦਾਲਤ ਵਿੱਚ ਜਾਂ ਟ੍ਰਿਬਿਊਨਲ 'ਚ ਉਹਨਾਂ ਨੇ ਕਰਾਇਆ ਤਾਂ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਅਸੀਂ ਕੀ ਕਰ ਰਹੇ ਹੈਗੇ ਹਾਂ ਜੀ 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 ਕਿਸੇ ਨੂੰ ਸ਼ਰਮਨੀ ਕਮੇਟੀ ਨੂੰ ਜਾਂ ਆਕਾਲੀ ਦਲ ਨੂੰ ਜਾਂ ਉਹ ਦਿੱਲੀ ਗੁਰਦੁਆਰਾ ਕਮੇਟੀ ਨੂੰ ਇੱਕ ਸਖਸ਼ ਸੰਸਥਾਵਾਂ ਨੂੰ ਜਿਹੜਾ ਉਹਨਾਂ ਦੀ ਸਲਾਹ ਤਾਂ ਲੈਣੀ ਚਾਹੀਦੀ ਹੈ ਵੀ ਤੁਸੀਂ ਆਇਆ ਕੰਪਨੀ ਆਇਆ ਤੇ ਗੱਲਬਾਤ ਉਹ ਟ੍ਰੇਡਮਾਰਕ ਉੱਤੇ ਉਹ ਕਰਾ ਲਈ ਹੈ ਨਾ ਜਿੱਦਾਂ ਉਹ ਸੀਗਾ ਵੀ ਕਿਸੇ ਨੇ ਅਟਲ ਬਿਹਾਰੀ ਵਾਜਪਈ ਦੇ ਨਾਂ ਤੇ ਲਾਈਸੈਂਸ ਈਸ਼ੂ ਕਰਾ ਲਿਆ ਸੀਗਾ ਇੱਕ ਹੋਰ ਬੰਦੇ ਨੇ ਆਪਣਾ ਨਾਮ ਦੇ ਕੇ ਫੋਟੋ ਦੇ ਕੇ ਤੇ ਅਟਲ ਬਿਹਾਰੀ ਬਾ ਇਹ ਕੀ ਚੱਲਦਾ ਵੀ ਉੱਥੇ ਦੇਖਦਾ ਕੁਝ ਨਹੀਂ ਕੋਈ ਉਹਦੇ ਦੇ ਪ੍ਰਧਾਨ ਮੰਤਰੀ ਦੇ ਨਾਮ ਤੇ ਇੱਕ ਬੰਦੇ ਨੇ 20 25 ਸਾਲ ਦਾ ਉਹਨੇ ਆਪਣੇ ਨਾਮ ਤੇ ਲਾਈਸੈਂਸ ਡਰਾਈਵਿੰਗ ਲਾਈਸੈਂਸ ਜਾਰੀ ਕਰਾ ਲਿਆ ਉਹ ਬੰਦਾ ਦੇਖ ਤੇ ਵੀ ਮੈਂ ਕੀ ਕਰ ਰਿਹਾ ਜੀ 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 ਸੋ ਇਹ ਬੜਾ ਬਿਲਕੁਲ ਦੁਖਦਾਈ ਹੈ ਸਿਕ ਸੰਸਥਾਵਾਂ ਨੂੰ ਇੰਟਰਵੈਨ ਕਰਨਾ ਚਾਹੀਦਾ ਕਿਉਂਕਿ ਦਿੱਲੀ ਵਿੱਚ ਹੋਇਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਵੀ ਇੱਕਦਮ ਅੱਗੇ ਆਪੇ ਅੱਗੇ ਆ ਕੇ ਇਸ ਦੇ ਵਿੱਚ ਐਕਸ਼ਨ ਲੈਣ ਤੇ ਇਹਨੂੰ ਐਕਸ਼ਨ ਲੈ ਕੇ ਬੰਦ ਕਰਾਇਆ ਜਾਵੇ ਸਿੱਖਾਂ ਦਾ ਇੱਕ ਪੂਰਾ ਵਿਰਾਸਤ ਜੁੜੀ ਹੋਈ ਆ ਸਾਡਾ ਇਤਿਹਾਸ ਜੁੜਿਆ ਹੋਇਆ ਇਤਿਹਾਸ ਨੂੰ ਤੁਸੀਂ ਕਿਦਾਂ ਪੇਟੈਂਟ ਕਰਾ ਲੂਗੇ ਬਿਲਕੁਲ ਨਹੀਂ ਔਰ ਇਸ ਤੇ ਕਾਰਵਾਈ ਜਿਹੜੀ ਹੈ ਜ਼ਰੂਰ ਕਰਨੀ ਚਾਹੀਦੀ ਹੈ ਇਸ ਨੂੰ ਇਸ ਤਰੀਕੇ ਦੇ ਨਾਲ ਮਸਲੇ ਨੂੰ ਨਹੀਂ ਰਹਿਣ ਦੇਣਾ ਚਾਹੀਦਾ ਔਰ ਅਸੀਂ ਬੇਨਤੀ ਕਰਾਂਗੇ ਕਿ ਜਿਹੜੇ ਲੋਕ ਇਸ ਤੇ ਉੱਤੇ ਕਾਰਵਾਈ ਕਰ ਰਹੇ ਨੇ ਉਹ ਵੀ ਜਿਹੜਾ ਸਮੇਂ-ਸਮੇਂ ਤੇ ਆ ਕੇ ਭਾਵੇਂ ਸੋਸ਼ਲ ਮੀਡੀਆ ਦੇ ਉੱਤੇ ਹੀ ਇਸ ਦੀ ਅਪਡੇਟ ਜ਼ਰੂਰ ਦੇਣ ਕਿਉਂਕਿ ਜੇ ਕੌਮ ਨੂੰ ਉੱਥੇ ਲੋੜ ਹੈਗੀ ਆ ਜਾਂ ਬੰਦਿਆਂ ਦੀ ਜਾਂ ਕੋਈ ਸਿਗਨੇਚਰ ਮਹ हां ਜਿਹੜੇ ਆਪਣੇ ਇੱਥੇ ਆਪਣੇ ਟੀਵੀ ਤੇ ਵੀ ਆਉਂਦੇ ਹਰਜੀਤ ਸਿੰਘ ਗਰੇਵਾਲ ਉਹ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਹੈ ਆਪਣੇ ਕੋਲ ਕਈ ਵਾਰ ਆਏ ਨੇ ਗਤਕੇ ਬਾਰੇ ਕਾਫੀ ਕੰਮ ਕਰ ਰਹੇ ਨੇ ਉਹਨਾਂ ਨੇ ਆਵਾਜ਼ ਉਠਾਈ ਹੈ ਮੇਰਾ ਖਲੋ ਅਕਾਲੀ ਦਲ ਦੀ ਲੀਡਰਸ਼ਿਪ ਦੇ ਥਰੂ ਅੱਗੇ ਕੰਮ ਵੀ ਕਰਨਗੇ ਤੇ ਇਹ ਬਿਲਕੁਲ ਜ਼ਰੂਰੀ ਚੈੱਕ ਕਰਨਾ ਚਾਹੀਦਾ ਈਵਨ ਸੁਖਬੀਰ ਸਿੰਘ ਬਾਦਲ ਨੂੰ ਇੰਟਰਵਿਊਨ ਕਰਕੇ ਤੇ ਸਾਰੇ ਗੱਲਬਾਤਾਂ ਮਸਲਾ ਹਲਕਾ ਹੋ ਜਾਏ ਬਿਲਕੁਲ